वाहिगुरु जी का खालसा वाहिगुरु जी की फतेह जी। अज अपनी स्क्रीन पर तुम जे इस दृश्य को देख रहे हो, ये दृश्य साढ़े पंजाब का एक पिंड का दृश्य है जी। पंजाब के लुधियाने जिले के पिंड मुलापुर के एक बजुर्ग पाल सिंह नाम का बजुर्ग इदां की जिंदगी बतीत कर रहा है जो कि जानवरों तो भी माड़ी कही जा सकती है। लोगों के घर तक सिटिया हुआ कूड़ा छप्पड़ के कंडे बैठा है खा रहा बजुर्ग, यानी कि साढ़े समाज के मूँह के उपर एक चपेट है जी। तो अज साढ़े समाज की जी कह दिए निगर रही सोच की एक ज्योंदी जागती सूरत है जी। ये बजुर्ग पाल सिंह ये भी एक मेहनतकश मजदूर किसी टाइम पूरी वधिया मेहनत करने वाला बंदा सीगा जी। तो यदा परिवार पूरा मैंटली अपसैट हो गया, उन्होंने मौत हो गई है जी। इन्हां दोनों भैणा एक भरा एक फादर साहब, यानी कि सिर्फ दिमाग दीआं प्रॉब्लमां करके उन्हां दी मौत होई। तो इन्हां दी मदर अज ये अपने ताए दे घर दे विच रह के रहण लई अपने ताए दे मुंडिया दे घर रह के प्रशादा छकण लई मजबूर सीगा जी ये वीर। तो पर तुहानू पता वह भी एक गरीब परिवार सीगा, वह भी जिनी सपोर्ट कर सकते सी आपदे वल्लियों करते सी। एक मंजा बिस्तरा उन्होंने दिता हुआ सी इहनू पैण दे लई। ते पर बहुत ही दुख की गल आ भी साढ़े पंजाब दे विच पाल सिंह नाम के साडे एक जिहड़े बुजुर्ग आ उन्हां दे नाल इहो जिहे बुजुर्गां दे नाल आ हालात पैदा हो गया। उन्हां नूं कूड़ा खाणा पै रिहा इदां छप्पड़ां दे कंडे जिथे जानवर कुत्ते लिफाफियां नूं तो कट कट के समान खाते, उत्थे साढ़े पंजाब के बजुर्ग भी उदा के हालातों के पहुँच गए भी उन्होंने भी इदा दिया थावान पर बैठ के खाना खाना खाने लिए मजबूर होना पै रहा। सिर्फ एक छोटी जी बीमारी डिप्रैशन के कारण, दिमागी प्रॉब्लम के कारण। हाँ देखो भीरे, ये खा के गया वा बाबा, आदि खा के गया। पहले इतने बैठा खाता सगा गंद के उदू पेल बाबा आ इत्थे बैठा खांदा सीगा, इत्थे किसे सीगे कुछ सुट्टा पीला जिहा सब्जी वह बैठा खांदा सीगा। ਬਾਬਾ ਜੀ ਸਤਿ ਸ੍ਰੀ ਅਕਾਲ। ਓ ਬਾਬਾ ਜੀ ਸਤਿ ਸ੍ਰੀ ਅਕਾਲ। ਕੋਈ ਨਾ ਕੋਈ ਨਾ ਜੀ ਕੋਈ ਨਾ, ਪਤਾ ਸਾਨੂੰ। ਬਾਬਾ ਜੀ ਸਤਿ ਸ੍ਰੀ ਅਕਾਲ, ਠੀਕ ਹੋ? ਓ ਬਾਬੇ ਹਾਂਜੀ ਬਾਈ ਜੀ, ਆਹ ਗੱਲ ਕਰਿਓ ਬਾਈ ਜੀ ਨਾਲ। ਤੁਹਾਡੇ ਪਿੰਡ ਆਏ ਸੀ ਅਸੀਂ, ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ, ਇੱਕ NGO ਚਲਾਉਂਦੇ ਹਾਂ ਅਸੀਂ। ਇੱਕ NGO ਚਲਾਉਂਦੇ ਹਾਂ ਜੀ, ਅਸੀਂ ਲਿਬਾਸ ਬੰਦਿਆਂ ਨੂੰ ਜਾਂ ਜਿਹੜੇ ਮੈਂਟਲੀ ਬੰਦੇ ਠੀਕ ਨਹੀਂ ਹੁੰਦੇ ਉਹਨਾਂ ਦਾ ਇਲਾਜ ਕਰਵਾਉਂਦੇ ਹਾਂ ਜੀ। ਅਤੇ ਸਾਨੂੰ ਪਤਾ ਲੱਗਿਆ ਵੀ ਤੁਹਾਡੇ ਪਿੰਡ ਕੋਈ ਇੱਦਾਂ ਦਾ ਬੰਦਾ ਵਾ ਤੁਹਾਡੇ ਘਰ ਦੇ ਵਿੱਚ ਜਿਹੜਾ ਲੋੜਵੰਦ ਆ, ਜਿਹਦੇ ਦਿਮਾਗੀ ਹਾਲਤ ਠੀਕ ਨਹੀਂ ਹੈਗੀ। ਤੁਹਾਡੇ ਘਰ ਦੇ ਵਿੱਚ ਤੁਹਾਡਾ ਭਰਾ ਇੱਕ ਜਿਹੜਾ ਦਿਮਾਗੀ ਠੀਕ ਨਹੀਂ ਹੈਗਾ, ਅਸੀਂ ਇਲਾਜ ਕਰਵਾਉਂਦੇ ਹਾਂ ਜੀ ਉਹਨਾਂ ਦੇ ਬੰਦਿਆਂ ਦੇ। ਆਹ ਗੱਲ ਕਰੋ ਤੁਸੀਂ, ਤੁਹਾਡੇ ਪਿੰਡ ਦੇ ਵੀਰ ਹੀ ਆ ਕਰੋ ਗੱਲ। ਹੈਲੋ, ਹਾਂਜੀ ਕੌਣ ਬੋਲਦੇ ਹੋ? ਗੁਰੂ ਗੈਲ ਸੈਂਟਰੀ ਵਾਲਾ ਬੋਲਦਾ ਮੈਂ ਵੀਰ। ਠੀਕ ਹੈ ਜੀ ਵੀਰ ਜੀ, ਕੀ ਹਾਲ ਹੈ ਜੀ? ਕਿੱਥੇ ਆ ਤੂੰ? ਮੈਂ ਵੀਰੇ ਕੰਮ ਤੇ ਆ ਜੀ, ਇਸ ਤੇ ਪੈਂਦੇ ਬਲੌਗਰ ਆਪਣੀ। ਮੁੱਲਾ ਪਰ 2 ਮਿੰਟ ਆ ਸਕਦਾ? ਕਿੱਥੇ ਜੀ? ਘਰੇ। ਤਰਿਆ ਦੇ ਇੱਧਰ ਹੀ ਹੈ।
तेरे घरे बहुत माड़ी हालत वीर सवेरे उत्थे कूड़े दे ढेर ते कूड़ा खाई ने कई दिनां तों ही वॉच कर रहे वीर देखदे रहे बाकी हालत ठीक नहीं लगी इहदी दस लिया वीर ਕਈ ਸਾਲਾਂ ਤੋਂ ਇਹਨੂੰ ਇਦਾਂ ਦੇ ਹਾਲਾਤ ਪੈਦਾ ਹੋ ਗਏ ਇਹਦੇ ਦਿਮਾਗ ਦੇ ਹਨਾ ਪਹਿਲਾਂ ਤਾਂ ਠੀਕ ਸੀ ਨਾਰਮਲ ਪਹਿਲੇ ਦੀ ਵਿਆਹ ਵੀ ਹੋਇਆ ਸੀ ਹਾਂਜੀ ਹਾਂਜੀ ਕੀ ਹਾਲ ਨੇ ਜੀ ਕੀ ਗੱਲ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਦੁੱਧ ਹਲਵਾਈ ਹੈ ਜੀ ਦੁੱਧ ਹਲਵਾਈ ਵਾਹ ਬਾਈ ਹਲਵਾਈ ਬਾਈ ਆਹ ਤੁਹਾਡਾ ਭਰਾ ਵਾ ਹਾਂਜੀ ਹਾਂਜੀ ਸਾਡੇ ਨੇ ਕੈਂਜੀਓ ਚੱਲਦਾ ਅਸੀਂ ਲਿਬਾਸ ਬੰਦਿਆਂ ਨੂੰ ਚੱਕਦੇ ਆ ਸੜਕਾਂ ਤੋਂ ਜਾਂ ਜਿਹੜੇ ਬੰਦੇ ਠੀਕ ਨਹੀਂ ਹੁੰਦੇ ਦਿਮਾਗੀ ਉਹਨਾਂ ਦਾ ਇਲਾਜ ਕਰਵਾਉਂਦੇ ਆ ਅਸੀਂ ਠੀਕ ਆ ਜੀ ਮੇਰਾ ਹਸਨਪੁਰ ਪਿੰਡ ਆ ਬੱਦੋਵਾਲ ਦੇ ਠੀਕ ਆ ਠੀਕ ਆ ਅਸੀਂ ਆਪਣੇ ਖੇਤ ਦੇ ਵਿੱਚ ਇੱਕ ਜਗ੍ਹਾ ਬਣਾਈ ਸਾਡੇ ਕੋਲ 100 ਦੇ ਗਰੀਬ ਬੰਦਾ ਰਹਿੰਦਾ ਠੀਕ ਆ ਵੀਰ ਤੇ ਅਸੀਂ ਜਿਹੜੇ ਬੰਦੇ ਨੇ ਕਹਿੰਦੇ ਸੜਕਾਂ ਤੇ ਪਏ ਜਿਵੇਂ ਕਿ ਉਹਨਾਂ ਬੰਦਿਆਂ ਨੂੰ ਚੱਕਦੇ ਆ ਠੀਕ ਆ ਜੀ ਇਲਾਜ ਕਰਾਉਂਦੇ ਆ ਉਹਨਾਂ ਦਾ ਦਿਮਾਗ ਜਿਨ੍ਹਾਂ ਦਾ ਨਹੀਂ ਕੰਮ ਕਰਦਾ ਉਹਨੂੰ ਦਵਾਈ ਦਵਾ ਕੇ ਠੀਕ ਹੋ ਜਾਂਦੇ ਆ ਉਸ ਤੋਂ ਬਾਅਦ ਨਾਰਮਲ ਜ਼ਿੰਦਗੀ ਜਿਉਂਦੇ ਘਰਾਂ 'ਚ ਸਮਝ ਆਉਂਦੀ ਗੱਲ ਮੈਂ ਤੇ ਸਾਨੂੰ ਇਹ ਵੀਰ ਬਾਰੇ ਪਤਾ ਲੱਗਿਆ ਸੀਗਾ ਇਹ ਵੀਰ ਇਹਦਾ ਨਾਂ ਕੀ ਆ ਪਾਲੀ ਆ ਜੀ ਪਾਲੀ ਕੀ ਆ ਵੀਰ ਪੂਰਾ ਨਾਂ ਕੀ ਪੂਰਾ ਪੂਰਾ ਹਰਪਾਲ ਸਿੰਘ ਹੈ ਹਰਪਾਲ ਸਿੰਘ ਜਾਂ ਪਾਲ ਸਿੰਘ ਪਾਲ ਸਿੰਘ ਹੀ ਹੈ ਜੀ ਬਸ ਇਹਦਾ ਕਾਰਡ ਕੋਈ ਬਣਿਆ ਕੋਈ ਦਾ ਕਾਰਡ ਨਹੀਂ ਨਹੀਂ ਰਾਸ਼ਨ ਕਾਰਡ ਨਹੀਂ ਵੋਟਰ ਕਾਰਡ ਵੋਟਰ ਕਾਰਡ ਪਤਾ ਕੀ ਹੈ ਜੀ ਮੇਰੀ ਸੁਣੋ ਗੱਲ ਸਾਡੇ ਨਾ ਮਤਲਬ ਪਹਿਲਾਂ ਤੋਂ ਹੀ ਸਾਡੀ ਵੀ 40 ਸਾਲ ਦੀ ਉਮਰ ਹੋ ਗਈ ਇਹਦੇ ਵਿੱਚ ਪਤਾ ਕੀ ਹੈ ਪਹਿਲਾਂ ਤੋਂ ਹੀ ਇਹ ਵਿਚਾਰਾ ਵਿਆਹ ਹੋਇਆ ਸੀਗਾ ਇਹਦਾ ਬੱਚੇ ਸੀਗੇ ਵਧੀਆ ਇਹਦੇ ਨਾਲ ਬੱਚੇ ਵਧੀਆ ਸੀਗੇ ਵਧੀਆ ਕੰਮ ਚੱਲਦਾ ਕਿੰਨੇ ਬੱਚੇ ਨੇ ਇਹ ਬੱਚੇ ਦਾ ਵੱਡ ਛੜੀ ਹੋ ਗਈ ਬੱਚੇ ਵੀ ਕਿੰਨੇ ਕਿੰਨੇ ਸੀਗੇ ਕੁੜੀ ਸੀਗੀ ਇੱਕ ਕੁੜੀ ਸੀ ਹਾਂ ਤੇ ਕੁੜੀ ਸੀਗੀ ਦੀ ਬੱਚੇ ਦਾ ਉਦੋਂ ਹੀ ਮਾਇਆ ਜਾਂ ਫਲਾਕਾ ਹੋਇਆ ਮੁੜ ਕੇ ਸੀ ਵੀ ਨਿਆਣੇ ਸੀਗੇ ਉਹ ਟਾਈਮ ਤੋਂ ਮੁੜ ਚ ਇਹ ਜਿਹਾ ਮੁੜ ਕੇ ਧੱਕਾ ਲੱਗਿਆ ਇਹਨੂੰ ਇੱਥੇ ਤੱਕ ਪਹੁੰਚ ਗਿਆ ਇਹਦੇ ਸਹੁਰੇ ਸਹੁਰੇ ਨੇ ਕੋਈ ਹੱਡੀਆਂ ਪੈ ਨੂੰ ਖਵਾ ਦਿੱਤੀਆਂ ਮਸਾਣ ਖਵਾ ਦਿੱਤੀ ਇਹਨੂੰ ਉਦੋਂ ਦਾ ਇਹ ਜਿਹਾ ਕੋਰੀ ਹੋਇਆ ਮੁੜ ਕੇ ਨਹੀਂ ਪਹਿਲਾਂ ਤਾਂ ਇਹ ਚਲੇ ਜਾਣੇ ਨੇ ਲੁਧਿਆਣੇ ਚਲੇ ਜਾਣਾ ਉੱਤੋਂ ਲੁਧਿਆਣੇ ਮੁੜ ਕੇ ਫਿਰ ਤੁਰਕੀ ਆ ਜਾਣਾ ਬਾਪ ਆ ਜਾਣਾ ਤੁਰਕੇ ਤੇ ਫਿਰ ਇਹ ਜਿਹਾ ਫਲਾਕਾ ਪਿਆ ਮੁੜ ਕੇ ਇਹਨੂੰ ਤੁਰ ਕੇ ਮੋਗੇ ਤੱਕ ਜਾਣ ਲੱਗ ਗਿਆ ਸੀ 5-6 ਵਾਰੀ ਲੱਭ ਕੇ ਲੈ ਕੇ ਲੱਭ ਕੇ ਲੈ ਕੇ ਆਏ ਹੁਣ ਇਹਦੇ ਇੰਨੀ ਖਿਆਲ ਰੱਖਦੇ ਆ ਵੀ ਕਿਤੇ ਯਾਰ ਦਵਾਈ ਨਹੀਂ ਦਵਾਈ ਇਹਨੂੰ ਦਵਾਈ ਦੀ ਦਵਾਈ ਦਵਾਈ ਪਤਾ ਕੀ ਸੀ ਸਾਡਾ ਇੱਕ ਤਾਇਆ ਵਾ ਉਹ ਸਿਆਣਪ ਕਰਦਾ ਸੀਗਾ ਉਹਦੇ ਨਾਲ ਮਤਲਬ ਹੋ ਗਿਆ ਉਹ ਕਹਿੰਦਾ ਨਹੀਂ ਇਹ ਠੀਕ ਨਹੀਂ ਹੋ ਸਕਦਾ ਹੋਰ ਬਹੁਤ ਪੁੱਛਿਆ ਕਿਹੜਾ ਕੁੜੀ ਨਹੀਂ ਸਿਆਣਿਆਂ ਦੇ ਚੱਕਰ 'ਚ ਪੈ ਗਿਆ ਦਵਾਈ ਨਹੀਂ ਦਵਾਈ ਦਵਾਵਾਂ ਲੈਣ ਲੱਗ ਗਈ ਦਵਾਈਆਂ ਵੱਲ ਉਹ ਕੰਮ ਚੱਲ ਪਏ ਬਸ ਉਹ ਫਰਕ ਪੈ ਗਿਆ ਤੇ ਬਾਈ ਹੁਣ ਇਹਦੀ ਕੁੜੀ ਵੀ ਮੈਨੂੰ ਲੱਗਦਾ ਜਵਾਨ ਹੋ ਗਈ ਹੋਊ ਜੇ ਮੰਨ ਲਓ ਦੇਖਣੀ ਹੋਵੇ ਲੱਭਣੀ ਹੋਵੇ ਅੱਜ ਕੱਲ੍ਹ ਪਤਾ ਕਰਨਾ ਹੋਵੇ ਉਹਦਾ ਤਾਂ ਮਤਲਬ ਭਈਆ ਵੀ ਪਤਾ ਕੀ ਆ ਰਿਸ਼ਤੇ ਦੀ ਟੁੱਟ ਗਈ ਗਾਂ ਉਹਦੀ ਮਾਲ ਮਰ ਗਈ ਪਤਾ ਨਹੀਂ ਕਿੱਥੇ ਕਿੱਥੇ ਜਿਹੜੀ ਤੁਸੀਂ ਧਿਆਨ ਨਹੀਂ ਦਿੱਤਾ ਯਾਨੀ ਕਿ ਅਸੀਂ ਪਤਾ ਕੀ ਅਸੀਂ ਉਹ ਨਿਆਣੇ ਸੀ ਉਹ ਟਾਈਮ 'ਚ ਇਹ ਘੱਟ ਘੱਟ 40 ਸਾਲ ਦੀ ਗੱਲ ਹੈ ਹੁਣ ਗੱਲ ਹੈ ਉਹ ਵੀਰੇ ਤੁਸੀਂ ਚਾਹੁੰਦੇ ਹੋ ਵੀਰੇ ਇਲਾਜ ਹੋ ਜਾਵੇ ਪਾਪਾ ਕਿਹੜੇ ਠੀਕ ਹੋ ਜਾਵੇ ਬਚਾਰਾ ਚਾਹੁੰਦੇ ਠੀਕ ਹੋਣਾ ਤੇ ਤੁਸੀਂ ਇਹ ਸਪੋਰਟ ਕਰੋਗੇ ਉਹ ਠੀਕ ਹੋਣ ਚ ਮਦਦ ਕਰੋਗੇ ਮਦਦ ਤਾਂ ਕਰਦਾ ਕੋਈ ਚੱਕਰ ਨਹੀਂ ਕੋਈ ਘਰ ਚ ਪਿਆ ਇੱਥੇ ਕਿ ਤੁਸੀਂ ਇੰਨਾ ਛੋਟੇ ਜਗ੍ਹਾ ਦਿੱਤੀ ਹੋਈ ਆ ਅੱਜ ਸਵੇਰ ਦੀ ਗੱਲ ਹੀ ਆ ਇੱਥੇ ਛੱਪੜ ਕਿੱਥੇ ਆ ਉਹ ਆ ਛੱਪੜ ਨਹੀਂ ਹਾਂਜੀ ਹਾਂਜੀ ਉੱਥੇ ਕੂੜਾ ਲਫਾਫੇ ਫੋਲ ਕੇ ਉਹ ਚ ਕੂੜਾ ਕੱਢ ਕੇ ਖਾਈ ਜਾਂਦਾ ਸੀ ਇਹ ਬੰਦਾ ਪਤਾ ਕੀ ਹੈ ਜੀ ਇਹ ਉਹਦੇ ਕੋ ਰੋਟੀ ਪਾਣੀ ਸਭ ਕੁਝ ਮੈਨੂੰ ਪਤਾ ਤੁਹਾਡੇ ਘਰ ਚ ਵੀ ਕਮੀ ਤੋਂ ਹਲਵਾਈ ਆ ਬਾਈ ਹਲਵਾਈ ਦੇ ਘਰੇ ਕਮੀ ਤਾਂ ਹੁੰਦੀ ਨਹੀਂ ਸਾਡੀ ਤਾਏ ਦਾ ਮੁੰਡਾ ਵਾ ਉਹ ਇਹਦੇ ਵਿੱਚ ਪਤਾ ਕੀ ਹੈ ਇਹਨੂੰ ਨਾ ਨਹਾਉਣ ਦਿੰਦੇ ਜੇ ਹੁਣ ਇਹਨੂੰ ਕੋਈ ਨਹਾਉਣੇ ਆ ਜਾਂ ਕੋਈ ਕਹਿੰਦੇ ਆ ਮਾਰਨਾ ਬੰਦ ਸਾਡੇ ਘਰ ਦੇ ਵਿੱਚ ਕੋਈ ਨਾ ਕੋਈ ਇੱਕ ਜੀ ਪੈਂਦਾ ਹੀ ਹੈ ਹੁਣ ਸਾਡੀ ਮਾਈ ਦਾ ਵੀ ਮਨ ਰੋੜ ਪਿਆ ਪਿਆ ਤੁਸੀਂ ਕਿੰਨੇ ਭਰਾ ਹੋ ਅਸੀਂ ਭਰਾ ਚਾਰ ਆ ਜੀ ਚਾਰ ਇਹ ਚੌਥਾ ਨਹੀਂ ਜੀ ਇਹ ਸਾਡੇ ਤਾਏ ਦਾ ਮੁੰਡਾ ਜੀ ਤਾਏ ਦਾ ਮੁੰਡਾ ਹਾਂਜੀ ਅਸੀਂ ਤੁਹਾਡੇ ਤਾਏ ਦਾ ਮੁੰਡਾ ਹਾਂ ਤਾਏ ਦਾ ਮੁੰਡਾ ਆਇਆ ਕਿੱਥੇ ਆਇਆ ਸਾਡਾ ਤਾਂ ਵਿਚਾਰਾ ਉਹ ਨਹੀਂ ਪਸੀ ਤੇ ਉਹਦੇ ਕਿੰਨੇ ਮੁੰਡੇ ਸੀ ਉਹਦੇ ਮੁੰਡੇ ਹੀ ਵਿਆਹ ਨਹੀਂ ਹੋਇਆ ਜੀ ਇਹਦਾ ਪਿਓ ਮਰ ਗਿਆ ਵਿਚਾਰੇ ਦਾ ਪਹਿਲੇ ਦੇ ਬਾਕੀ ਦੋ ਭਾਈ ਸੀਗੇ ਅਸਲੀ ਦੋ ਭੈਣਾਂ ਸੀ ਤਿੰਨੇ ਮਰ ਗਏ ਪਿਓ ਹੀ ਮਰ ਗਿਆ ਮਾਈ ਮਰ ਗਈ ਪਿਓ ਮਰ ਗਿਆ ਤੇ ਹੁਣ ਫਿਰ ਉਸ ਤੋਂ ਬਾਅਦ ਜਿਹੜਾ ਕਿ ਛੜਾ ਤਾਇਆ ਸੀ ਤੁਹਾਡਾ ਉਹ ਹੈਗਾ ਜੀ ਉਹ ਤਾਂ ਰਹਿੰਦਾ ਸੀ ਇਹ ਆਹ ਭਾਗ ਗਿਆ ਇਹ ਕਹਿੰਦੇ ਸੀ ਨਾ ਵੀ ਉਹਦੇ ਘਰੇ ਰਹਿੰਦਾ ਵਾ ਉਹਦਾ ਘਰ ਕਿੱਥੇ ਆ ਉਹ ਕਰਦਾ ਹੀ ਹੈ ਜੀ ਸਾਡਾ ਹੀ ਸਾਰਾ ਘਰ ਅਸੀਂ ਉਹ ਮਰਦੇ ਅੱਛਾ ਉਹ ਜਿਹੜਾ ਭਾਗ ਆ ਜਿਹੜਾ ਉਹ ਤੁਹਾਡਾ ਤਾਇਆ ਹੀ ਆ ਹਾਂਜੀ ਤੁਹਾਡੇ ਫਾਦਰ ਸਾਹਿਬ ਦਾ ਕੀ ਨਾਮ ਹੈ ਫਾਦਰ ਹਰਵੰਸ ਸਿੰਘ ਜੀ ਹੈਗੇ ਉਹ ਨਹੀਂ ਉਹ ਮਰ ਗਏ ਤੁਸੀਂ ਚਾਰ ਭਰਾ ਹੋ ਹਾਂਜੀ ਚਾਰ ਠੀਕ ਇਹਨੂੰ ਹੁਣ ਤੁਸੀਂ ਸਾਂਭਦੇ ਹੋ ਜਾਨੀ ਕਿ ਹਾਂਜੀ ਹਾਂਜੀ ਰੋਟੀ ਪਾਣੀ ਦੇ ਸਾਂਭਦੇ ਆ ਠੀਕ ਹੈ ਜੀ
ਰੁੱਬ ਗਿਆ ਸੀ ਲੱਭਦੇ ਰਹੇ ਫਿਰਦੇ ਫੁਰਦੇ ਰਹੇ ਜਦੋਂ ਦੂਏ ਦਿਨ ਉਹ ਉੱਠਿਆ ਫਿਰ ਸਾਨੂੰ ਪਤਾ ਲੱਗਿਆ ਵੀ ਉਹ ਛੱਡ ਗਿਆ चल बापू ਵਧੀਆ ਖਾਣਾ ਮਿਲਿਆ ਕਰੂ ਵਧੀਆ ਕੱਪੜੇ ਵਧੀਆ ਬਿਸਤਰਾ ਪਿੰਡ ਬਾਪੂ ਕੂੜਾ ਖਾਂਦਾ ਗੰਦ ਚੋਂ ਕੱਢ ਕੇ ਲੈਟਰੀਨ ਕੱਢ ਕੱਢ ਖਾਈ ਜਾਂਦਾ ਵਧੀਆ ਕੱਪੜੇ ਪਾਇਆ ਨੂੰ ਫਿਰ ਬਾਬੇ ਨੇ ਕੀ ਕਹਿਣਾ ਸੀਗਾ ਇਹਨੂੰ ਦੁਬਾਰਾ ਗੰਦੇ ਕੱਪੜੇ ਪਾਉਣੇ ਬਾਬਾ ਦਾ ਕਹਿਣਾ ਸੀ ਬਾਬੇ ਨੂੰ ਕਹਿੰਦੇ ਬਾਬੇ ਨਾਲ ਚਲੇ ਜਾਵੇ ਵੀ ਆਪਾਂ ਠੀਕ ਨਾ ਗੱਲ ਮੁੱਲਾਪੁਰ ਪਿੰਡ ਦੀ ਬਹੁਤ ਬੇਇੱਜ਼ਤੀ ਇਸ ਕੰਮ ਚ ਬਾਈ ਇੱਕ ਬੰਦਾ ਬਾਹਰਲਾ ਆਉਂਦਾ ਉਹ ਬੰਦਾ ਉੱਥੇ ਛੱਪੜ ਦੇ ਬੈਠਾ ਕੂੜਾ ਖਾ ਰਿਹਾ ਬੜੀ ਦੁੱਖ ਦੀ ਗੱਲ ਹੈ ਬਾਈ ਜਾਂ ਤਾਂ ਫਿਰ ਇਹਨੂੰ ਸਾਂਭੋ ਰੋਟੀ ਦਿੰਦੇ ਉਹ ਵੀ ਲੋਕਾਂ ਦੀ ਖਾਂਦਾ ਬੇਚਾਰੇ ਫਸਦੇ ਹਲੇ ਨਹੀਂ ਫਸਦੇ ਆ ਵੀ ਬੇਚਾਰੇ ਮਿਲਾ ਲਿਆਵਾਂਗੇ ਯਾਰ ਨੂੰ ਬੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਬਜ਼ੁਰਗਾਂ ਨੂੰ ਹੁਣ ਤੁਸੀਂ ਆਪਣੀ ਸਕਰੀਨ 'ਤੇ ਦੇਖਿਆ ਇਹਨਾਂ ਦੇ ਹਾਲਾਤ ਦੱਸਦੇ ਆ ਵੀ ਇਹ ਕਿਸ ਹਾਲਾਤ ਦੇ ਵਿੱਚ ਜ਼ਿੰਦਗੀ ਕੱਟ ਰਹੇ ਸੀਗੇ ਜੀ ਅੱਜ ਅਸੀਂ ਇਸ ਟਾਈਮ ਮੁੱਲਾਪੁਰ ਪਿੰਡ ਦੇ ਵਿੱਚ ਖੜ੍ਹੇ ਹਾਂ ਜੀ ਮੁੱਲਾਪੁਰ ਪਿੰਡ ਸਾਡੇ
ਲੁਧਿਆਣੇ ਜ਼ਿਲ੍ਹੇ ਦਾ ਇੱਕ ਜਗਰਾਉਂ ਅਤੇ ਲੁਧਿਆਣੇ ਦੇ ਵਿਚਾਲੇ ਮੁੱਲਾਪੁਰ ਕਸਬਾ ਵਾ ਉਹਦਾ ਪਿੰਡ ਦੇ ਵਿੱਚ ਖੜ੍ਹੇ ਉੱਥੋਂ ਦਾ ਇਹ ਬਜ਼ੁਰਗ ਆ ਇਹਨਾਂ ਦਾ ਨਾਮ ਹੈਗਾ ਜੀ ਪਾਲ ਸਿੰਘ ਆ ਜੀ ਅਤੇ ਇਹ ਬਜ਼ੁਰਗਾਂ ਦੇ ਹਾਲਾਤ ਆ ਜਿਹੜੇ ਤੁਸੀਂ ਦੇਖਿਆ ਜਿਵੇਂ ਵੀਡੀਓ ਦੇ ਵਿੱਚ ਕਿੱਦਾਂ ਇਹ ਬਜ਼ੁਰਗ ਆਪਣੀ ਜ਼ਿੰਦਗੀ ਕੱਟ ਰਹੇ ਸੀ ਯਾਨੀ ਕਿ ਇੱਕ ਛੱਪੜ ਦੇ ਉੱਤੇ ਜਿਹੜੀ ਗੰਦਗੀ ਲੋਕਾਂ ਦਾ ਢੇਰ ਲੱਗਿਆ ਹੁੰਦਾ ਵਾ ਕੂੜੇ ਦਾ ਉਹਦੇ ਵਿੱਚੋਂ ਕੱਢ ਕੇ ਸਮਾਨ ਚੀਜ਼ਾਂ ਖਾਂਦੇ ਸੀ ਕਿਉਂਕਿ ਦਿਮਾਗੀ ਹਾਲਤ ਇਹਨਾਂ ਦੀ ਠੀਕ ਨਹੀਂ ਹੈਗੀ ਬਿਲਕੁਲ ਵੀ ਅਤੇ ਪਰਿਵਾਰ ਦਾ ਪਿੱਛੇ ਜਿਹੜਾ ਸਹਿਯੋਗ ਆ ਇਹਨੂੰ ਰਹਿਣ ਵਾਸਤੇ ਜਗ੍ਹਾ ਦਿੱਤੀ ਹੋਈ ਆ ਪਰ ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਕੋਈ ਇਲਾਜ ਨਹੀਂ ਕਰਵਾ ਸਕਦੇ ਬਹੁਤ ਹੀ ਗਰੀਬ ਪਰਿਵਾਰ ਆ ਅਤੇ ਪਰਿਵਾਰ ਦੇ ਵਿੱਚ ਇਹ ਦੱਸਦੇ ਆ ਇਹ ਵੀਰ ਦੇ ਦੋ ਭਰਾ ਸੀ ਅਤੇ ਦੋ ਭੈਣਾਂ ਸੀਗੀਆਂ ਅਤੇ ਦੋਨੇ ਦੋਨੋਂ ਭੈਣਾਂ ਅਤੇ ਇੱਕ ਭਰਾ ਸੀ ਜਿਹੜਾ ਉਹਨਾਂ ਦੀ ਮੌਤ ਹੋ ਚੁੱਕੀ ਆ ਇਹਨਾਂ ਦੇ ਬਾਪ ਦੀ ਵੀ ਮੌਤ ਹੋ ਚੁੱਕੀ ਆ ਇਹਨਾਂ ਦੀ ਮਦਰ ਦੀ ਵੀ ਮੌਤ ਹੋ ਚੁੱਕੀ ਆ ਇਹ ਆਪਣੇ ਤਾਏ ਦੇ ਜਿਹੜੇ ਮੁੰਡੇ ਆ ਉਹਨਾਂ ਦੇ ਘਰ 'ਚ ਰਹਿ ਰਿਹਾ ਸੀ ਬਜ਼ੁਰਗ ਇਸ ਟਾਈਮ ਅਤੇ ਦਿਮਾਗੀ ਹਾਲਤ ਬਜ਼ੁਰਗ ਦੀ 20-22 ਸਾਲਾਂ ਤੋਂ ਬਿਲਕੁਲ ਹੀ ਜਿਹੜੀ ਕਿ ਕਹਿ ਦਈਏ ਦਿਮਾਗੀ ਸੰਤੁਲਨ ਬਿਲਕੁਲ ਖਰਾਬ ਹੋ ਗਿਆ ਸੀ ਬਹਿ ਜਾ ਬਾਪੂ ਬਹਿ ਜਾ ਦੋ ਮਿੰਟ ਬਾਪ ਅਤੇ ਬਜ਼ੁਰਗਾਂ ਦੇ ਜਿਹੜੇ ਹਾਲਾਤ ਆ ਉਹ ਦੱਸਦੇ ਆ ਇਸ ਟਾਈਮ ਤੁਹਾਨੂੰ ਵੀ ਕਿੰਨੀ ਮਾੜੀ ਹਾਲਾਤ ਦੇ ਵਿੱਚ ਇਸ ਟਾਈਮ ਰਹਿ ਰਿਹਾ ਸੀ ਅਤੇ ਬਜ਼ੁਰਗ ਨੂੰ ਅਸੀਂ ਲੈ ਕੇ ਚੱਲੇ ਹਾਂ ਨਾਲ ਇਹਨਾਂ ਦੇ ਇਲਾਜ ਵਾਸਤੇ ਸੱਚੇ ਪਾਤਸ਼ਾਹ ਮਿਹਰ ਕਰਨ ਇਹ ਠੀਕ ਹੋ ਜਾਣ ਇਹ ਆਪਣੀ ਨੋਰਮਲ ਜ਼ਿੰਦਗੀ ਜਿਉਣ ਦੇ ਕਾਬਲ ਹੋ ਜਾਣ ਅਸੀਂ ਧੰਨਵਾਦ ਵੀ ਕਰਦੇ ਹਾਂ ਜਿਹੜੇ ਪਿੰਡ ਦੇ ਵੀਰ ਸਹਿਯੋਗ ਜਿਨ੍ਹਾਂ ਨੇ ਦਿੱਤਾ ਇਹ ਵੀਰ ਆ ਵੀਰ ਜੀ ਕੀ ਨਾਂ ਤੁਹਾਡਾ ਸੁਖਦੀਪ ਸਿੰਘ ਇਹ ਵੀਰ ਨੇ ਸਾਨੂੰ ਸਵੇਰੇ ਵੀਡੀਓ ਪਾ ਕੇ ਸਾਨੂੰ ਦੱਸਿਆ ਵੀ ਇੱਦਾਂ ਇੱਕ ਬਜ਼ੁਰਗ ਇਸ ਹਾਲਾਤ ਦੇ ਵਿੱਚ ਇੱਥੇ ਬੈਠਾ ਬਜ਼ੁਰਗਾਂ ਦੇ ਹੱਥ ਪੈਰਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਹ ਤੁਹਾਡਾ ਕੀ ਲੱਗਦਾ ਵੀਰੇ ਤਾਈ ਦਾ ਬੇਟਾ ਇਹਨਾਂ ਦੇ ਵੀਰ ਦੇ ਤਾਈ ਦਾ ਬੇਟਾ ਇਹਨਾਂ ਨੇ ਵੀ ਸਾਡਾ ਬਹੁਤ ਸਹਿਯੋਗ ਦਿੱਤਾ ਇਹਨੂੰ ਨਾਲ ਲੈ ਕੇ ਜਾਣ ਲਈ ਕਿਉਂਕਿ ਪਰਿਵਾਰ ਦੇ ਵਿੱਚ ਕੁਛ ਬੰਦੇ ਸਹਿਮਤ ਨਹੀਂ ਸੀਗੇ ਇਹਨਾਂ ਨੂੰ ਲੈ ਕੇ ਜਾਣ ਦੇ ਵਿੱਚ ਪਰ ਇਹ ਵੀਰ ਨੇ ਸਮੇਂ ਦੇ ਹਿਸਾਬ ਨਾਲ ਨਜਾਕਤ ਨੂੰ ਸਮਝਦੇ ਹਾਂ ਇਹਨਾਂ ਨੇ ਪਤਾ ਵੀ ਅਸਲ ਸਹੀ ਲੋੜ ਕੀ ਹੈ ਇਸ ਟਾਈਮ ਬਜ਼ੁਰਗ ਨੂੰ ਤੁਹਾਨੂੰ ਪਤਾ ਸਾਰਿਆਂ ਨੂੰ ਜਿਵੇਂ ਸਾਡੀ ਸੰਸਥਾ ਇੱਕ ਛੋਟੀ ਜਿਹੀ ਇੱਕ ਪਰਿਵਾਰ ਯਾਨੀ ਕਿ ਇੱਕ ਸਾਡਾ ਇੱਥੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੇ ਨਾਂ 'ਤੇ ਚੱਲ ਰਿਹਾ ਜਿੱਥੇ ਅਸੀਂ ਇਲਾਜ ਕਰਵਾਉਂਦੇ ਹਾਂ ਇੱਦਾਂ ਦੇ ਲਿਬਾਸ ਬੰਦੇ ਜਿਹੜੇ ਸੜਕਾਂ 'ਤੇ ਪਏ ਆ ਉਹਨਾਂ ਦਾ ਅਸੀਂ ਟ੍ਰੀਟਮੈਂਟ ਕਰਵਾਉਂਦੇ ਹਾਂ ਆਪਣੇ ਕੋਲ ਰੱਖ ਕੇ ਸਾਡੇ ਕੋਲ 100 ਦੇ ਕਰੀਬ ਬੰਦਾ ਰਹਿੰਦਾ ਵਾ ਅਤੇ ਅੱਜ ਬਾਪੂ ਜੀ ਵੀ ਸਾਡੇ ਪਰਿਵਾਰ ਦੇ ਮੈਂਬਰ ਬਣ ਜਾ ਰਹੇ ਆ ਅਤੇ ਤੁਹਾਨੂੰ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਵੀ ਆ ਅਤੇ ਅਰਦਾਸ ਕਰਿਓ ਇਹ ਪਾਲ ਸਿੰਘ ਵਾਸਤੇ ਤਾਂ ਜੋ ਇਹ ਆਪਣੀ ਨੋਰਮਲ ਜ਼ਿੰਦਗੀ ਜਿਉਂ ਸਕਣ ਜੀ ਅਤੇ ਅਸੀਂ ਧੰਨਵਾਦ ਕਰਦੇ ਹਾਂ ਬਾਈ ਜੀ ਬਾਈ ਤੁਹਾਡਾ ਕੀ ਨਾਮ ਜੀ ਬਲਵੀਰ ਸਿੰਘ ਇਹ ਬਾਈ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸਾਡੇ ਨਾਲ ਆਏ ਇਹਨਾਂ ਨੇ ਸਾਰਾ ਇਹਨਾਂ ਨੂੰ ਸਮਝਾਇਆ ਪਰ ਮਝਾਈ ਤਾਂ ਅਸੀਂ ਇਸ ਬਜ਼ੁਰਗ ਨੂੰ ਲੈ ਕੇ ਚੱਲੇ ਹਾਂ ਇਹ ਸਾਰੇ ਵੀਰਾਂ ਦੇ ਸਹਿਯੋਗ ਦੇ ਨਾਲ ਜੀ ਇੰਨੀਆਂ ਕਿ ਸਾਡੀਆਂ ਬੇਨਤੀਆਂ ਸੀ ਜੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇਖੋ ਤੁਸੀਂ ਪਿੰਡ ਦੇ ਬੰਦੇ ਹੋ ਨੌਜਵਾਨ ਹੋ ਤੁਸੀਂ ਦੋ ਚਾਰ ਜਾਣੇ ਬੰਦੇ ਲੱਗ ਕੇ ਨਿਭਾ ਤਾਂ ਸਕਦੇ ਹੀ ਹੋ ਬੰਦੇ ਨੂੰ ਯਾਰ ਆਹ ਬੰਦੇ ਦਾ ਦੇਖੋ ਕੀ ਹਾਲ ਨਹਾਉਣਾ ਵਾਲ ਕਟਾਉਣੇ ਕਿੱਡੀ ਗੱਲ ਸੀ ਯਾਰ ਬੰਦੇ ਦੀ ਸਾਫ਼ ਸਫਾਈ ਹੋ ਜਾਂਦੀ ਇਹਨੇ ਨਾਲ ਚੰਗਾ ਜੀ ਸਾਰਿਆਂ ਦਾ ਧੰਨਵਾਦ ਜੀ ਠੀਕ ਹੈ ਵੀਰੇ ਮਿਲਦੇ ਆਪਾਂ ਕੋਈ ਚੱਕਰ ਨਹੀਂ ਚੰਗਾ ਬਾਈ ਸਤਿ ਸ਼੍ਰੀ ਅਕਾਲ ਜੀ।